पंजाब विजिलेंस ब्यूरो द्वारा राज विच भ्रष्टाचार विरुद्ध शुरू की गई मुहिम दौरान मोटर व्हीकल इंस्पैक्टर जलंधर नरेश कलेर समेत दो प्राइवेट एजेंटा राजपाल उर्फ राधे अते मोहन लाल नूं काबू करके उन्होंने कोलो वाहनां दे लई फिटनेस सर्टिफिकेट जारी करन दे लई छक्की दस्तावेजां दे अलावा रिश्वत की रकम के 12,50,000 रुपए बरामद किए हैं। ये जानकारी SSP विजिलेंस ब्यूरो जलंधर DS ढिल्लों ने दिती। उन्हां दा कहना है कि इन्हां दे खिलाफ वख वख धारावां तहत मामला दर्ज किया गया है। जी विजिलेंस ब्यूरो पंजाब की जिहड़ी हैगी आ उन्हां दे दिशा निर्देशों ते कल विजिलेंस ब्यूरो जलंधर की टीम ने MBI ऑफिस दे विच जिहड़ी हैगी आ अपने रेड कीती सीगी और एक जिहड़ी सी साडे कोल जिहड़ियां साडे कोल ठोस सूचनावां दे आधार दे उत्ते जिहड़ी हैगी आ विजिलेंस ब्यूरो ने उत्थे चैकिंग कीती सी। चैकिंग दौरान पाया गया कि MBI ऑफिस दे विच प्राइवेट जिहड़े हैगे आ उह करिंदे काम कर रहे हैं, हालांकि उत्थे MBI जिहड़े आप खुद हाजिर नहीं सी पर पब्लिक नाल डीलिंग करनी उन्हां दे सरकारी रिकॉर्ड दे नाल सारा कुछ करना और उहदे रिकॉर्ड नूं मेनटेन करना उह कर रहे सीगे। सो गुप्त सूचना दे आधार ते विजिलेंस ब्यूरो ने मुकदमा दर्ज करके उन्हां नूं राउंड अप कीता। ਜਦੋਂ ਉਹਨਾਂ ਤੋਂ ਇਸ ਸੰਬੰਧੀ ਪੁੱਛਗਿੱਛ ਕੀਤੀ ਗਈ ਤਾਂ ਪੁੱਖਦਾ ਸਬੂਤ ਮਿਲੇ ਕਿ ਜਿਹੜੀ ਹੈਗੀ ਆ ਔਰਗਨਾਈਜ਼ਡ ਕਰਪਸ਼ਨ ਦਾ ਹਿੱਸਾ ਆ ਔਰ ਇਹਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ਪ੍ਰਾਈਵੇਟ ਏਜੰਟਸ ਜਿਹੜੇ ਆ ਉਹ ਨਾਲ ਇਹਨਾਂ ਦੇ ਨਾਲ ਐਸੋਸੀਏਟਡ ਹੋ ਕੇ ਕੰਮ ਕਰ ਰਹੇ ਆ। ਮੌਕੇ 'ਤੇ ਦੋ ਜਿਹੜੇ ਹੈਗੇ ਆ ਪ੍ਰਾਈਵੇਟ ਕਰਿੰਦੇ, ਇੱਕ ਦਾ ਨਾਮ ਰਾਧੇ ਹੈ ਰਾਮਪਾਲ ਉਰਫ ਰਾਧੇ, ਦੂਸਰੇ ਦਾ ਨਾਮ ਜਿਹੜਾ ਹੈਗਾ ਉਹ ਮੋਹਨ ਲਾਲ ਆ, ਉਹ ਮੌਕੇ 'ਤੇ ਦਫ਼ਤਰ 'ਤੇ ਹਾਜ਼ਰ 'ਚ ਕੰਮ ਕਰਦੇ ਮਿਲੇ ਸੀ। ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਰਿਵੀਲ ਹੋਇਆ ਕਿ ਜਿਹੜੀ ਬਾਕੀ ਫੀਲਡ ਵਿੱਚ ਕੰਮ ਕਰ ਰਹੇ ਜਿਹੜੇ ਹੈਗੇ ਏਜੰਟਸ ਆ ਉਹ ਜਿਹੜੀ ਮੋਟਰ ਵਹੀਕਲ ਦੀ ਜਿਹੜੀ ਪਾਸਿੰਗ ਆ ਉਹਦੇ 'ਚ ਲੋਕਾਂ ਤੋਂ ਜਿਹੜੇ ਹੈਗੇ ਆ ਰਿਸ਼ਵਤ ਦੇ ਰੂਪ ਵਿੱਚ ਪੈਸੇ ਇਕੱਠੇ ਕਰਕੇ MBI ਦੇ ਸਟਾਫ ਨੂੰ ਅਤੇ MBA ਨੂੰ ਜਿਹੜੇ ਹੈਗੇ ਉਹ ਹਰੇਕ ਪਰ ਕੇਸ ਦਿੰਦੇ ਆ ਔਰ ਉਹ ਜਿਹੜੇ ਇਕੱਠੇ ਕੀਤੇ ਹੋਏ ਪੈਸੇ ਆ ਉਹ ਰਾਧੇ ਦੀ ਜਿਹੜੀ ਹੈਗੀ ਆ ਤਹਿਵੀਲ ਵਿੱਚ ਪਏ ਆ, ਉਹਦੇ ਘਰ ਪਏ ਆ ਜਿੱਥੇ ਵਿਜੀਲੈਂਸ ਬਿਊਰੋ ਨੇ ਦੁਆਰਾ ਜਾ ਕੇ ਰਾਧੇ ਦੇ ਘਰ ਤੋਂ ਉਹ ਜਿਹੜੇ ਹੈਗੇ ਉਹਨਾਂ ਦੇ ਇਨਕਸ਼ਾਫ ਦੇ ਉੱਤੇ ਉਹਦੀ ਸਰਚ ਕਰਕੇ ਜਿਹੜੇ ਹੈਗੇ ਉਹ 12.5 ਲੱਖ ਰੁਪਈਆ ਉਹਦਾ ਬਰਾਮਦ ਕੀਤਾ ਹੈ। ਉਸ ਤੋਂ ਬਾਅਦ ਜਿਹੜੇ MBI ਸੀਗੇ ਜਿਹਨਾਂ ਦੇ ਔਫਿਸ ਔਰ ਜਿਹੜਾ ਜਿਹੜੇ ਇਸ ਸਾਰੇ ਜਿਹੜੀ ਕਰਪਸ਼ਨ ਹੋ ਰਹੀ ਸੀ ਉਹਦੇ ਵਿੱਚ ਜਿਹੜੇ ਕਹਿ ਸਕਦੇ ਕਿ ਉਹ ਜਿਹੜੇ ਮੁੱਖ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਟਾਂਡੇ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਘਰ ਦੇ ਸਰਚ ਕੀਤੀ ਗਈ। ਕੀ ਨਾਮ ਕੀ ਉਹਨਾਂ ਦਾ ਜਦੋਂ ਗ੍ਰਿਫਤਾਰ ਕੀਤਾ? ਸ਼੍ਰੀ ਨਰੇਸ਼ ਕਲੇਰ ਨੇ, ਮੋਟਰ ਵਹੀਕਲ ਇੰਸਪੈਕਟਰ ਜਲੰਧਰ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੇ ਘਰ ਦੀ ਸਰਚ ਕੀਤੀ ਗਈ। ਉਹਨਾਂ ਦੀ ਘਰ ਦੀ ਸਰਚ ਤੋਂ 50,000 ਰੁਪਏ ਕੈਸ਼ ਜਿਹੜਾ ਕਿ ਕਰਪਸ਼ਨ ਦਾ ਉਹ ਮਿਲਿਆ ਔਰ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਮਹੱਤਵਪੂਰਨ ਦਸਤਾਵੇਜ਼ ਔਰ ਦਫ਼ਤਰੀ ਜਿਹੜਾ ਹੈਗਾ ਆ ਦਫ਼ਤਰੀ ਕਾਗਜ਼ਾਤ ਜਿਹੜੇ ਸੰਬੰਧਿਤ ਆ ਉਹ ਕਾਫ਼ੀ ਵੱਡੀ ਮਾਤਰਾ 'ਚ ਮਿਲੇ। ਇੱਕ ਉੱਥੇ ਆਪਣਾ ਇੱਕ ਕੈਂਪ ਆਫਿਸ ਬਣਾ ਕੇ ਜਿੱਥੇ ਉਹ ਬੈਠ ਕੇ ਕੰਮ ਕਰਦੇ ਸੀ ਉੱਥੋਂ ਵੀ ਉਹ ਦਸਤਾਵੇਜ਼ ਜਿਹੜੇ ਕਬਜ਼ੇ 'ਚ ਲਏ ਗਏ ਆ। ਸਰ ਹੋਰ ਕੋਈ ਨਾਮ ਆ ਰਿਹਾ ਸਾਹਮਣੇ ਇਸ ਤੋਂ? ਹਾਂਜੀ, ਇਸ ਤੋਂ ਇਲਾਵਾ ਬਾਕੀ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਐਸੋਸੀਏਟਡ ਹੈਗੇ ਆ ਉਹ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰ ਲਈ ਆ, ਉਹਨਾਂ ਨੂੰ ਅਸੀਂ ਜਲਦ ਉਹਨਾਂ ਦੇ ਖਿਲਾਫ਼ ਜਿਹੜੀ ਹੋਰਾਂ ਦੇ ਖਿਲਾਫ਼ ਵੀ ਕਾਰਵਾਈ ਕਰਾਂਗੇ। ਦੇਖੋ ਜਿਹੜੇ ਇਹਨਾਂ ਵਾਸਤੇ ਏਜੰਟ ਕੰਮ ਕਰਦੇ ਆ, ਏਜੰਟ ਪਬਲਿਕ ਨੂੰ ਹਰੇਕ ਤਰ੍ਹਾਂ ਦਾ ਲਾਰਾ ਲਾ ਕੇ ਵੱਖ ਵੱਖ ਤਰੀਕਿਆਂ ਨਾਲ ਪੈਸੇ ਅਗਰਾ ਲੈਂਦੇ ਆ। ਕੋਈ ਏਜੰਟ ਆ ਜਿਹੜਾ ਕਿ ਹੈਵੀ ਵਹੀਕਲ ਦੀ ਫਿਟਨੈਸ ਦੇ 3,000 ਰੁਪਇਆ ਲੈ ਰਿਹਾ, ਕੋਈ ਏਜੰਟ ਆ ਉਹ ਦੇਖਦਾ ਕਿ ਅੱਗੇ ਜਿਹੜਾ ਪਬਲਿਕ ਮੈਨ ਆ ਰਿਹਾ ਉਹਦੇ ਕੋਲ ਵੱਧ ਪੈਸੇ ਉਗਰਾਏ ਜਾ ਸਕਦੇ, ਉਹਦੇ ਕੋਲ 3,500-4,000 ਰੁਪਏ ਵੀ ਲੈ ਰਿਹਾ। ਇਸ ਤਰ੍ਹਾਂ ਕਰਕੇ ਮੈਨ ਟੂ ਮੈਨ ਡਿਪੈਂਡ ਕਰਦਾ ਕਿ ਕਿੱਦਾਂ ਦਾ ਉਹਨਾਂ ਪਾਸ ਪਬਲਿਕ ਮੈਨ ਆ ਰਿਹਾ ਅਤੇ ਕਿੰਨੇ ਉਹਦੇ ਕੋਲੋਂ ਪੈਸੇ ਲੈਣੇ ਆ। ਬਾਕੀ ਇਹਨਾਂ ਦੀ ਇੰਟਰਨਲ ਸੈਟਿੰਗ ਦੇ ਵਿੱਚ ਅਸੀਂ ਕਾਫੀ ਸਾਰੇ ਦਸਤਾਵੇਜ਼ ਸਾਨੂੰ ਮਿਲੇ ਜਿੱਥੋਂ ਪਤਾ ਲੱਗਦਾ ਕਿ ਸਬੂਤ ਮਿਲੇ ਆ ਕਿ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਆ ਬਾਹਰਲੇ ਏਜੰਟਾਂ ਦੀ, ਅੰਦਰ ਕੰਮ ਕਰਦੇ ਕਰਿੰਦਿਆਂ ਦੀ ਅਤੇ MBI ਦੀ ਆਪਸ ਵਿੱਚ ਜਿਹੜੀ ਹੈਗੀ ਆ ਉਹ ਪੂਰਨ ਰੂਪ 'ਤੇ ਇਹਨਾਂ ਦੇ ਆਪਸ ਵਿੱਚ ਜਿਹੜੀ ਹੈਗੀ ਆ ਸਾਂਝ ਹੈਗੀ ਆ। ਦੇਖੋ ਇਸ ਤਰ੍ਹਾਂ ਆ ਕਿ ਜਿਹੜੇ ਸਾਨੂੰ ਮੋਟੇ ਤੌਰ ਦੇ ਉੱਤੇ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਜਿਹੜੇ ਹੈਵੀ ਮੋਟਰ ਵਹੀਕਲ ਆ ਉਹਨਾਂ ਦੇ ਵਿੱਚ ਤਕਰੀਬਨ ਅਪਰੋਕਸੀਮੇਟਲੀ 3,000 ਰੁਪਇਆ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਜਿਹੜੇ ਬਾਹਰਲੇ ਬੈਠੇ ਏਜੰਟਸ ਉਹ ਲੈਂਦੇ ਆ, ਕੁਝ ਹਿੱਸਾ ਆਪਣਾ ਰੱਖ ਲੈਂਦੇ ਆ ਕੁਝ ਅੱਗੇ ਦਿੰਦੇ ਆ।
ਇਹ ਹਰੇਕ ਏਜੰਟਸ ਦੀ ਹਰੇਕ ਦੇ ਨਾਲ ਅਲੱਗ ਅਲੱਗ ਤਰ੍ਹਾਂ ਦੀਆਂ ਸੈਟਿੰਗ ਹੋ ਸਕਦੀਆਂ। ਇਸ ਤੋਂ ਇਲਾਵਾ ਜਿਹੜੀਆਂ ਲਾਈਟ ਮੋਟਰ ਵਹੀਕਲਸ ਆ ਉਹਦੇ 'ਚ 1,000 ਰੁਪਏ ਤੋਂ ਲੈ ਕੇ 1,800 ਰੁਪਏ ਤੱਕ ਅਲੱਗ ਅਲੱਗ ਵੇਰੀ ਕਰ ਰਿਹਾ। ਸੋ ਜਿਸ ਤਰ੍ਹਾਂ ਦੇ ਏਜੰਟਸ ਆ, ਜਿਸ ਤਰ੍ਹਾਂ ਦੀ ਇਹਨਾਂ ਦੀ ਆਪਸੀ ਇੰਟਰਨਲ ਸੈਟਿੰਗ ਆ, ਉਹ ਸੈਟਿੰਗ ਦੇ ਹਿਸਾਬ ਦੇ ਨਾਲ ਹੀ ਇਹਨਾਂ ਦਾ ਕਰਪਸ਼ਨ ਦਾ ਹਿੱਸਾ ਇਹਨਾਂ ਨੂੰ ਚਾਹੁੰਦਾ ਹੈ। ਉਹ ਅਸੀਂ ਨਿਸ਼ਾਨਦੇਹੀ ਕੀਤੀ ਹੋਈ ਆ, ਉਹਨਾਂ ਦੇ ਖਿਲਾਫ਼ ਵੀ ਅਸੀਂ ਕਾਰਵਾਈ ਕਰਾਂਗੇ। ਨਹੀਂ, ਇਸ ਤਰ੍ਹਾਂ ਦਾ ਇੰਟਰਰਿਲੇਟਡ ਡਿਸਟ੍ਰਿਕਟ ਦਾ ਤਾਂ ਕੋਈ ਨਹੀਂ ਹੈ। ਜਿਹੜੇ ਸਾਡੇ ਕੋਲ ਨਿਸ਼ਾਨਦੇਹੀ ਜਿਹਨਾਂ ਦੀ ਕੀਤੀ ਹੋਈ, ਜਿਹੜੇ ਸਾਡੇ ਕੋਲ ਫਿਗਰ ਆਊਟ ਹੋਏ ਆ, ਅਸੀਂ ਉਹਨਾਂ ਦੇ ਖਿਲਾਫ਼ ਜਿਹੜੀ ਇਹ ਢੁੱਕਵੀਂ ਕਾਨੂੰਨੀ ਕਾਰਵਾਈ ਜਿਹੜੀ ਕਰਾਂਗੇ। ਹੁਣ ਇਹ 2 ਦਿਨ ਦੇ ਜਿਹੜੇ ਹੈਗੇ ਆ ਉਹ ਵਿਜੀਲੈਂਸ ਬਿਊਰੋ ਦੇ ਰਿਮਾਂਡ 'ਤੇ ਆ, 2 ਦਿਨਾਂ ਬਾਅਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।